Sangrur police arrested two accused who used to loot people on the name of loan sanction. They print ads in the newspaper to trap people and used to charge a smart amount of money from them for getting their loan sanctioned. Police is all set to produce the criminals in front of the court and is further investigating the matter. ਇਹ ਜਿਹੜਾ ਗੈਂਗ ਹੈ ਇਹ ਐਡਵਰਟਾਈਜ਼ਮੈਂਟ ਦਿੰਦਾ ਕਿ ਅਸੀਂ ਤੁਹਾਡਾ ਲੋਨ ਕਰਾ ਦਾਂਗੇ ਜਿਹੜਾ ਤੁਰੰਤ ਲੋਨ ਕਰਾਇਆ ਜਾਊਗਾ ਜਿਹੜੇ ਬੰਦੇ ਜਿਨ੍ਹਾਂ ਦਾ ਲੋਨ ਬੈਂਕ ਦੇ ਵਿੱਚੋਂ ਈਜ਼ੀਲੀ ਨਹੀਂ ਹੁੰਦਾ ਜਿਨ੍ਹਾਂ ਕੋਲੇ ਸਿਕਿਉਰਿਟੀਜ਼ ਪ੍ਰੋਪਰ ਨਹੀਂ ਹੁੰਦੀਆਂ ਹੈਗੀਆਂ ਬੈਂਕ ਦੇ ਵਿੱਚ ਦਿਖਾਉਣ ਨੂੰ ਉਹਨਾਂ ਦੀ ਭੋਲੇਪਨ ਦਾ ਕਹਿ ਲਓ ਜਾਂ ਲੈਕ ਆਫ ਡਾਕੂਮੈਂਟਸ ਦਾ ਫਾਇਦਾ ਉਠਾਉਂਦੇ ਹੋਏ ਇਮੀਡੀਏਟ ਲੋਨ ਕਰਾਉਣ ਦੇ ਲਈ ਇਹ ਜਿਹੜਾ ਹੈਗਾ ਕਰਦੇ ਨੇ ਕੰਮ ਕਿਸ ਤਰ੍ਹਾਂ ਦੇ ਅਖਬਾਰ ਦੇ ਵਿੱਚ ਇੱਕ ਐਡ ਦੇ ਦਿੰਦੇ ਸੀਗੇ ਇਹ ਉਹਦੇ 'ਚ ਇੱਕ ਨੰਬਰ ਮੈਂਸ਼ਨ ਕਰ ਦਿੰਦੇ ਸੀਗੇ ਅਲੱਗ ਅਲੱਗ ਨਿਊਜ਼ ਪੇਪਰਸ ਦੇ ਵਿੱਚ ਐਡ ਦਿੰਦੇ ਆਏ ਨੇ ਉਸ ਤੋਂ ਜਿਹੜਾ ਹੈਗਾ ਬੰਦਾ ਕੰਟੈਕਟ ਕਰਦਾ ਸੀਗਾ ਜਿਹੜਾ ਇਹਨਾਂ ਨੂੰ ਲੱਗਦਾ ਸੀਗਾ ਕਿ ਇਹਨਾਂ ਦਾ ਟਾਰਗੇਟ ਹੈਗਾ ਜਿਹੜਾ ਇਹਨਾਂ ਦੀ ਗੱਲ ਦੇ ਵਿੱਚ ਆ ਰਿਹਾ ਜਿਹੜਾ ਸੁਣ ਰਿਹਾ ਇਹਨਾਂ ਨੂੰ ਉਹ ਇਹਨਾਂ ਦਾ ਟਾਰਗੇਟ ਬਣ ਜਾਂਦਾ ਸੀਗਾ ਉਸ ਤੋਂ ਇਹ ਕੁਝ ਪ੍ਰੋਸੈਸਿੰਗ ਫੀਸ ਜਾਂ ਕੁਝ ਵੀ ਹੈ ਲੋਨ ਕਰਾਉਣ ਦੇ ਲਈ ਇੰਨੇ ਪੈਸੇ ਲੱਗਣਗੇ ਉਹ ਕਹਿ ਕੇ 2% ਚਾਰਜਸ ਲੱਗਣਗੇ ਫੋਰ ਐਗਜ਼ਾਮਪਲ 6 ਲੱਖ ਦਾ ਲੋਨ ਹੈ ਤਾਂ ਤੁਹਾਡਾ 1,20,000 ਰੁਪਇਆ ਲੱਗ ਜੂਗਾ 50 ਲੱਖ ਦਾ ਲੋਨ ਹੈ ਤਾਂ ਉਸ ਅਕੋਰਡਿੰਗਲੀ 10% ਉਹਦਾ ਠੀਕ ਹੈ ਜੀ ਉਹ ਇਸ ਤਰੀਕੇ ਦੇ ਨਾਲ ਇਹ ਉਹਨਾਂ ਤੋਂ ਕਰਦੇ ਸੀਗੇ ਇਹਨਾਂ ਦੇ ਜਿਹੜੇ ਦਫ਼ਤਰ ਸੀਗੇ ਜੀ ਉਹ ਇੱਕ ਬਿਆਸ ਦੇ ਵਿੱਚ ਸੀਗਾ ਪਹਿਲਾਂ ਅਤੇ ਅੰਮ੍ਰਿਤਸਰ ਦੇ ਵਿੱਚ ਸੀਗਾ ਜੋ ਕਿ ਕੁਛ ਸਾਲ ਪਹਿਲਾਂ ਬੰਦ ਕਰਤਾ ਸੀ ਇਹਨਾਂ ਨੇ ਮੇਨਲੀ 2 ਬੰਦੇ ਇਹਦੇ ਵਿੱਚ ਸਾਹਮਣੇ ਆਏ ਨੇ ਜਿਹੜੇ ਅਸੀਂ ਨੈਬ ਕੀਤੇ ਨੇ ਉਸ ਤੋਂ ਬਾਅਦ ਤਫਤੀਸ਼ ਹੈ ਜਿਹੜੀ ਇਹ ਚੱਲ ਰਹੀ ਹੈ ਇਹਦੇ ਵਿੱਚ ਇੱਕ ਹੋਰ ਬੰਦਾ ਵੀ ਹੈਗਾ ਇਹਦਾ ਬ੍ਰਦਰ ਹੀ ਹੈ ਪਵਨ ਦਾ ਜਿਹਦਾ ਕਿ ਕਨਾਈਵੈਂਸ ਹੈ ਸਾਰਾ ਪੈਸਾ ਦਾ ਜਿਹੜਾ ਹੇਰ ਫੇਰ ਉਹ ਕਰਦਾ ਸੀ ਸੰਭਾਲਦਾ ਸੀਗਾ ਉਹ ਜਿਹੜਾ ਹੈਗਾ ਉਸੀ ਉਹਨੂੰ ਨਾਮਜ਼ਦ ਕੀਤਾ ਇਹਦੀ ਪੁੱਛਗਿੱਛ ਦੇ ਵਿੱਚ ਉਹ ਅੱਗੇ ਦੇਖਦੇ ਹਾਂ ਕਿ ਟਰੇਸ ਕਰਕੇ ਅੱਗੇ ਕਿਹੜੇ ਕਿਹੜੇ ਬੰਦੇ ਨਿਕਲਦੇ ਨੇ ਹਜੇ ਤਫਤੀਸ਼ ਜਾਰੀ ਹੈ ਜੀ ਸਾਡੇ ਕੋਲ ਤਾਂ ਇੱਕੋ ਕੰਪਲੇਂਟ ਆਈ ਹੈ ਜੀ ਸਾਡੇ ਕੋਲ ਤਾਂ ਇੱਕੋ ਕੰਪਲੇਂਟ ਸੀ ਉਹਦੇ 'ਤੇ ਅਸੀਂ ਕਾਰਵਾਈ ਕੀਤੀ ਹੈ ਬਟ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਸਾਨੂੰ ਕਿ 10 ਹੋਰ ਕੰਪਲੇਂਟ ਸਾਡੇ ਸਾਹਮਣੇ ਆਈਆਂ ਨੇ ਜਿਹੜੇ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਹੈਗੀਆਂ ਨੇ ਤਰਨ ਤਾਰਨ ਦੇ ਵਿੱਚ ਕਪੂਰਥਲੇ ਦੇ ਵਿੱਚ ਵੀ ਹੈਗੀ ਹੈ ਜੀ ਖੰਨੇ ਦੇ ਵਿੱਚ ਹੈ ਮਾਨਸਾ ਦੇ ਵਿੱਚ ਹੈ ਬਠਿੰਡੇ ਦੇ ਵਿੱਚ ਹੈ ਇਸ ਤਰੀਕੇ ਨਾਲ 10 ਅਲੱਗ ਅਲੱਗ ਥਾਵਾਂ ਦੇ ਉੱਤੋਂ ਸਾਨੂੰ ਕੰਪਲੇਂਟਸ ਮਿਲੀਆਂ ਨੇ ਕੋਈ 55 ਲੱਖ ਦੀ ਠੱਗੀ ਹੈ ਕੋਈ 7 ਲੱਖ ਦੀ ਹੈ ਕੋਈ 5 ਦੀ ਹੈ ਕੋਈ 50,000 ਦੀ ਵੀ ਹੈ 26,000 ਦੀ ਵੀ ਹੈ ਮਤਲਬ ਜਿੱਥੋਂ ਜਿੰਨਾ ਅਮਾਊਂਟ ਮਿਲ ਗਿਆ ਉੱਥੇ ਤੱਕ ਇਹ ਉਹਨਾਂ ਲੈ ਕੇ ਅੱਗੇ ਹੁੰਦੇ ਸੀਗੇ ਹੁਣ ਅੱਗੇ ਦੇਖਦੇ ਹਾਂ ਜੀ ਕੀ ਕੁਝ ਸਾਹਮਣੇ ਆਊਗਾ ਅਸੀਂ ਬਾਕੀ ਵੀ ਅਲੱਗ ਅਲੱਗ ਜ਼ਿਲ੍ਹਿਆਂ ਨਾਲ ਵੀ ਟਾਈ ਅਪ ਕੀਤਾ ਜਿੱਥੇ ਵੀ ਇਹਨਾਂ ਦੀਆਂ ਦਰਖਾਸਤਾਂ ਚੱਲ ਰਹੀਆਂ ਨੇ ਉਹਨਾਂ ਨਾਲ ਮੁਦਈਆਂ ਨਾਲ ਵੀ ਅਸੀਂ ਟਾਈ ਅਪ ਕੀਤਾ ਜਿਨ੍ਹਾਂ ਦੇ ਨਾਲ ਹੈਗੇ ਨੇ ਮੇਨਲੀ ਕੰਮ ਇਹਨਾਂ ਦਾ ਇਹ ਸੀ ਕਿ ਆਨਲਾਈਨ ਰਹਿ ਕੇ ਹੀ ਇੱਕ ਤਰ੍ਹਾਂ ਦੀ ਚੋਰੀ ਕਰਦੇ ਸੀ ਫੋਨ ਦੇ ਉੱਤੇ ਹੀ ਕਰਦੇ ਸੀਗੇ ਜੀ ਫੋਨ ਦੇ ਉੱਤੇ ਹੀ ਕਾਰਵਾਈ ਕਰਦੇ ਸੀਗੇ ਆਪਣੇ ਆਪ ਨੂੰ ਆਈਡੈਂਟੀ ਆਪਣੀ ਇਹਨਾਂ ਨੇ ਰਿਵੀਲ ਨਹੀਂ ਕੀਤੀ ਬਹੁਤ ਰੇਅਰਲੀ ਹੁੰਦਾ ਸੀ ਰਿਵੀਲ ਹੁੰਦੀ ਸੀ ਫਿਰ ਇਹ ਗਾਇਬ ਹੋ ਜਾਂਦੇ ਸੀ ਓਕੇ ਆ ਰਿਪੋਰਟ ਬਾਈ ਟੋਨੀ ਸ਼ਰਮਾ ਫਰੋਮ ਸੰਗਰੂਰ ਫਾਰ ਬ੍ਰਾਈਟ ਪੰਜਾਬ ਐਕਸਪ੍ਰੈਸ